ਪੰਜਾਬ ਪੁਲਿਸ ਔਨ ਡਿਊਟੀ। ਪਹਿਲਾਂ ਵੇਖੋ ਲੁੱਟ ਕਰਦੇ ਇਹ ਲੁਟੇਰੇ, ਹੁਣ ਵੇਖੋ ਇਹਨਾਂ ਦਾ ਕੀ ਹੋਇਆ ਹਾਲ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰੈਸਟੋਰੈਂਟ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਸੀ, ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਪੁਲਿਸ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਤਾਂ ਉਹਨਾਂ ਦੇ ਵੱਲੋਂ ਵਾਰਦਾਤਾਂ ਕਰਨ ਵਾਲੇ ਆਰੋਪੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਗਲਤ ਕੰਮ ਕਰਨ ਵਾਲਿਆਂ ਨੂੰ ਸੰਦੇਸ਼ ਵੀ ਦਿੱਤਾ ਹੈ। ਤਾਂ ਪੂਰਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ, ਜਿੱਥੇ ਦੇਰ ਰਾਤ ਰੈਸਟੋਰੈਂਟ ਦੇ ਵਿੱਚ ਵੜ ਕੇ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਕਰਿੰਦੇ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਮੌਕੇ 'ਤੇ 32,000 ਦੀ ਨਕਦੀ ਕੱਢੀ ਗਈ ਅਤੇ ਫਿਰ ਇਹ ਫਰਾਰ ਹੋ ਜਾਂਦੇ ਨੇ। ਤਾਂ CCTV ਕੈਮਰੇ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਸੀ। ਤਾਂ ਰੈਸਟੋਰੈਂਟ ਮਾਲਕ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ CCTV ਦੇ ਆਧਾਰ 'ਤੇ ਇਹਨਾਂ ਪੰਜਾਂ ਦੀ ਭਾਲ ਕੀਤੀ ਗਈ ਅਤੇ 48 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਇੱਥੇ ਨਾ ਜੰਡਿਆਲਾ ਗੁਰੂ ਦੇ ਵਿੱਚ ਕੁਝ ਦਿਨਾਂ ਤੋਂ ਸ਼ਿਕਾਇਤਾਂ ਸੀਗੀਆਂ। ਇੱਕ ਤਾਂ ਹੈਲੋ ਫੂਡ 'ਤੇ ਖੋਹ ਹੋਈ ਸੀ 19 ਤਰੀਕ ਨੂੰ ਰਾਤ ਨੂੰ 10 ਵਜੇ, ਗਨ ਪੁਆਇੰਟ 'ਤੇ ਪੈਸੇ ਖੋਹ ਕੇ ਲੈ ਗਏ ਸੀ। ਉਹਦੇ ਵਿੱਚ ਟੈਕਨੀਕਲ ਤਰੀਕੇ ਨਾਲ ਸਾਡੇ ਉੱਚ ਅਫਸਰਾਂ ਦੀਆਂ ਡਾਇਰੈਕਸ਼ਨ ਮੁਤਾਬਕ ਉਹਦੇ ਵਿੱਚ ਦੇਖਿਆ ਗਿਆ ਅਤੇ 2 ਤਾਂ ਹੈਲੋ ਫੂਡ ਦੇ ਜਿਹੜੇ ਵਰਕਰ ਸੀਗੇ ਅਜੇ ਪਾਲ ਅਤੇ ਪਰਮ, ਉਹ ਮਿਲੇ ਹੋਏ ਸੀਗੇ। ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾ ਨੇ ਸ਼ਰਨਜੀਤ, ਸਨੀ ਅਤੇ ਰਾਣਾ ਮਨਪ੍ਰੀਤ, ਉਹਨਾਂ ਨੂੰ ਕਹਿ ਕੇ ਅਤੇ ਇਹਨਾਂ ਨੂੰ ਬੁਲਾਇਆ ਅਤੇ ਗਨ ਪੁਆਇੰਟ 'ਤੇ ਜਿਹੜੀ ਖੋਹ ਹੋਈ ਉਹਦੇ ਵਿੱਚ ਟੈਕਨੀਕਲ ਤਰੀਕੇ ਨਾਲ ਦੇਖਦੇ ਹੋਏ ਇਹ ਚਾਰੇ ਫੜੇ ਜਾ ਚੁੱਕੇ ਨੇ। ਜਿਹੜੇ ਪਿਸਟਲ ਇਹਨਾਂ ਨੇ ਦਿਖਾਏ ਸੀਗੇ ਵਾਰਦਾਤ ਦੇ ਵਿੱਚ ਵਰਤੇ ਸੀ, ਉਹ ਰਿਕਵਰ ਕਰ ਲਏ ਹੋਏ ਆ ਅਤੇ ਪੈਸੇ ਵੀ ਰਿਕਵਰ ਕਰ ਲਿਆ ਜੀ, ਮੋਟਰਸਾਈਕਲ ਵੀ ਰਿਕਵਰ ਕਰ ਲਿਆ। ਪੈਸੇ 32,000 ਦੀ ਖੋਹ ਹੋਈ ਸੀ ਅਤੇ ਇਸੇ ਤਰ੍ਹਾਂ ਹੁਣ ਇਹਨਾਂ ਨੂੰ ਰਿਮਾਂਡ 'ਤੇ ਲੈ ਰਹੇ ਹਾਂ ਅਤੇ ਹੋਰ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਇੱਦਾਂ ਦੀਆਂ ਵਾਰਦਾਤਾਂ ਵਾ ਅਤੇ ਉਹ ਸਾਡੀ ਕੋਸ਼ਿਸ਼ ਆ 100% ਉਹਨਾਂ ਨੂੰ ਕਲੀਅਰ ਕਰਾਂਗੇ ਜੀ। ਮੈਂ ਵਾਅਦੇ ਔਰ ਵਿਸ਼ਵਾਸ ਨਾਲ ਕਹਿੰਦਾ ਵੀ ਸ਼ਹਿਰ ਵਾਸੀਆਂ ਨੂੰ ਅਮਨ ਅਮਾਨ ਨਾਲ ਇੱਥੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਅਤੇ ਜਿਹੜੇ ਇਹੋ ਜਿਹਾ ਮਾੜੇ ਅਨਸਰ ਨੇ ਬਿਲਕੁਲ ਸਪੇਅਰ ਕੀਤਾ ਨਹੀਂ ਕੀਤਾ ਜੀ। ਹਾਂ, ਮੈਂ ਹਲੇ ਰਿਮਾਂਡ 'ਤੇ ਇਹਨਾਂ ਦਾ ਰਿਮਾਂਡ ਲਵਾਂਗੇ ਜੀ, ਰਿਮਾਂਡ ਦੇ ਵਿੱਚ ਪੁੱਛਗਿੱਛ ਕਰਾਂਗੇ ਅਤੇ ਜੇ ਹੋਰ ਕੇਸਾਂ 'ਚ ਹੋਏ ਤਾਂ ਉਹਨਾਂ 'ਚ ਵੀ ਇਹਨਾਂ ਦੀ ਅਰੈਸਟ ਪਾਈ। ਹੋ ਚੁੱਕੇ ਜੀ, ਵੈਪਨ ਰਿਕਵਰ ਹੋ ਚੁੱਕੇ ਆ, ਵਹੀਕਲ ਮੋਟਰਸਾਈਕਲ ਰਿਕਵਰ ਹੋ ਚੁੱਕੇ ਔਰ ਬੰਦੇ ਫੜੇ ਜਾ ਚੁੱਕੇ ਜੀ। ਇੱਕ ਹਲੇ ਭਗੌੜਾ ਵਾ, ਉਹਦੇ ਮਗਰੋਂ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ, ਉਹ ਵੀ ਜਲਦ ਫੜਿਆ ਜਾਏਗਾ। ਗੁਰਸ਼ਾਨ ਸਿੰਘ ਆ ਜੀ, ਫਿਲਹਾਲ ਉਹ ਅਰੈਸਟ ਨਹੀਂ ਹੋਇਆ ਅਤੇ ਉਹ ਵੀ ਜਲਦ ਅਰੈਸਟ ਹੋਵੇ। ਪੰਜਾਬ ਪੁਲਿਸ ਔਨ ਡਿਊਟੀ। ਪਹਿਲਾਂ ਵੇਖੋ ਲੁੱਟ ਕਰਦੇ ਇਹ ਲੁਟੇਰੇ, ਹੁਣ ਵੇਖੋ ਇਹਨਾਂ ਦਾ ਕੀ ਹੋਇਆ ਹਾਲ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰੈਸਟੋਰੈਂਟ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਸੀ, ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਪੁਲਿਸ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਤਾਂ ਉਹਨਾਂ ਦੇ ਵੱਲੋਂ ਵਾਰਦਾਤਾਂ ਕਰਨ ਵਾਲੇ ਆਰੋਪੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਗਲਤ ਕੰਮ ਕਰਨ ਵਾਲਿਆਂ ਨੂੰ ਸੰਦੇਸ਼ ਵੀ ਦਿੱਤਾ ਹੈ। ਤਾਂ ਪੂਰਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ, ਜਿੱਥੇ ਦੇਰ ਰਾਤ ਰੈਸਟੋਰੈਂਟ ਦੇ ਵਿੱਚ ਵੜ ਕੇ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਕਰਿੰਦੇ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਮੌਕੇ 'ਤੇ 32,000 ਦੀ ਨਕਦੀ ਕੱਢੀ ਗਈ ਅਤੇ ਫਿਰ ਇਹ ਫਰਾਰ ਹੋ ਜਾਂਦੇ ਨੇ। ਤਾਂ CCTV ਕੈਮਰੇ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਸੀ। ਤਾਂ ਰੈਸਟੋਰੈਂਟ ਮਾਲਕ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਦੇ ਵੱਲੋਂ CCTV ਦੇ ਆਧਾਰ 'ਤੇ ਇਹਨਾਂ ਪੰਜਾਂ ਦੀ ਭਾਲ ਕੀਤੀ ਗਈ ਅਤੇ 48 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਇੱਥੇ ਨਾ ਜੰਡਿਆਲਾ ਗੁਰੂ ਦੇ ਵਿੱਚ ਕੁਝ ਦਿਨਾਂ ਤੋਂ ਸ਼ਿਕਾਇਤਾਂ ਸੀਗੀਆਂ।
ਇੱਕ ਤਾਂ ਹੈਲੋ ਫੂਡ 'ਤੇ ਖੋਹ ਹੋਈ ਸੀ 19 ਤਰੀਕ ਨੂੰ ਰਾਤ ਨੂੰ 10 ਵਜੇ ਗਨ ਪੁਆਇੰਟ 'ਤੇ ਪੈਸੇ ਖੋਹ ਕੇ ਲੈ ਗਏ ਸੀ। ਉਹਦੇ ਵਿੱਚ ਟੈਕਨੀਕਲ ਤਰੀਕੇ ਨਾਲ ਸਾਡੇ ਉੱਚ ਅਫਸਰਾਂ ਦੀਆਂ ਡਾਇਰੈਕਸ਼ਨ ਮੁਤਾਬਕ ਉਹਦੇ ਵਿੱਚ ਦੇਖਿਆ ਗਿਆ ਅਤੇ 2 ਤਾਂ ਹੈਲੋ ਫੂਡ ਦੇ ਜਿਹੜੇ ਵਰਕਰ ਸੀਗੇ ਅਜੇਪਾਲ ਅਤੇ ਪਰਮ ਉਹ ਮਿਲੇ ਹੋਏ ਸੀਗੇ। ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾ ਨੇ ਸ਼ਰਨਜੀਤ ਸਨੀ ਅਤੇ ਰਾਣਾ ਮਨਪ੍ਰੀਤ ਉਹਨਾਂ ਨੂੰ ਕਹਿ ਕੇ ਅਤੇ ਇਹਨਾਂ ਨੂੰ ਬੁਲਾਇਆ ਅਤੇ ਗਨ ਪੁਆਇੰਟ 'ਤੇ ਜਿਹੜੀ ਖੋਹ ਹੋਈ ਉਹਦੇ ਵਿੱਚ ਟੈਕਨੀਕਲ ਤਰੀਕੇ ਨਾਲ ਦੇਖਦੇ ਹੋਏ ਇਹ ਚਾਰੇ ਫੜੇ ਜਾ ਚੁੱਕੇ ਨੇ। ਜਿਹੜੇ ਪਿਸਟਲ ਇਹਨਾਂ ਨੇ ਦਿਖਾਏ ਸੀਗੇ ਵਾਰਦਾਤ ਦੇ ਵਿੱਚ ਵਰਤੇ ਸੀ ਉਹ ਰਿਕਵਰ ਕਰ ਲਏ ਹੋਏ ਆ ਅਤੇ ਪੈਸੇ ਵੀ ਰਿਕਵਰ ਕਰ ਲਿਆ ਜੀ। ਮੋਟਰਸਾਈਕਲ ਵੀ ਰਿਕਵਰ ਕਰ ਲਿਆ। ਪੈਸੇ 32,000 ਦੀ ਖੋਹ ਹੋਈ ਸੀ ਅਤੇ ਇਸੇ ਤਰ੍ਹਾਂ ਹੁਣ ਇਹਨਾਂ ਨੂੰ ਰਿਮਾਂਡ 'ਤੇ ਲੈ ਰਹੇ ਹਾਂ ਅਤੇ ਹੋਰ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਇੱਦਾਂ ਦੀਆਂ ਵਾਰਦਾਤਾਂ ਵਾ ਅਤੇ ਉਹ ਸਾਡੀ ਕੋਸ਼ਿਸ਼ ਆ 100% ਉਹਨਾਂ ਨੂੰ ਕਲੀਅਰ ਕਰਾਂਗੇ ਜੀ। ਮੈਂ ਵਾਅਦੇ ਔਰ ਵਿਸ਼ਵਾਸ ਨਾਲ ਕਹਿੰਦਾ ਵੀ ਸ਼ਹਿਰ ਵਾਸੀਆਂ ਨੂੰ ਅਮਨ ਅਮਾਨ ਨਾਲ ਇੱਥੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਅਤੇ ਜਿਹੜੇ ਇਹੋ ਜਿਹਾ ਮਾੜੇ ਅਨਸਰ ਨੇ ਬਿਲਕੁਲ ਸਪੇਅਰ ਕੀਤਾ ਨਹੀਂ ਕੀਤਾ ਜੀ। ਹਾਂ ਮੈਂ ਹਲੇ ਰਿਮਾਂਡ 'ਤੇ ਇਹਨਾਂ ਦਾ ਰਿਮਾਂਡ ਲਵਾਂਗੇ ਜੀ। ਰਿਮਾਂਡ ਦੇ ਵਿੱਚ ਪੁੱਛਗਿੱਛ ਕਰਾਂਗੇ ਅਤੇ ਜੇ ਹੋਰ ਕੇਸਾਂ 'ਚ ਹੋਏ ਤਾਂ ਉਹਨਾਂ 'ਚ ਵੀ ਇਹਨਾਂ ਦੀ ਅਰੈਸਟ ਪਾਈ ਜੀ। ਹੋ ਚੁੱਕੇ ਜੀ, ਵੈਪਨ ਰਿਕਵਰ ਹੋ ਚੁੱਕੇ ਆ, ਵਹੀਕਲ ਮੋਟਰਸਾਈਕਲ ਰਿਕਵਰ ਹੋ ਚੁੱਕੇ ਆ ਔਰ ਬੰਦੇ ਫੜੇ ਜਾ ਚੁੱਕੇ ਜੀ। ਇੱਕ ਹਲੇ ਭਗੌੜਾ ਵਾ ਉਹਦੇ ਮਗਰ ਵੀ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਉਹ ਵੀ ਜਲਦ ਫੜਿਆ ਜਾਏਗਾ। ਗੁਰਸ਼ਾਨ ਸਿੰਘ ਆ ਜੀ ਫਿਲਹਾਲ ਉਹ ਅਰੈਸਟ ਨਹੀਂ ਹੋਇਆ ਅਤੇ ਉਹ ਵੀ ਜਲਦ ਅਰੈਸਟ ਹੋਇਆ।